ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਦਾ ਧਰਨਾ ਸਿਵਲ ਹਸਪਤਾਲ ਜਲੰਧਰ ਵਿਖੇ ਤੀਜੇ ਦਿਨ ਵਿੱਚ ਪਹੁੰਚ ਗਿਆ। ਧਰਨੇ ਵਿੱਚ ਜਲੰਧਰ ਜ਼ਿਲ੍ਹੇ ਦੀਆਂ ਵੱਖੋ ਵੱਖਰੀਆਂ PSC ਦੀਆਂ ANMs ਨੇ ਭਾਗ ਲਿਆ। ਸਿਹਤ ਵਰਕਰਾਂ ਨੇ ਦੱਸਿਆ ਕਿ ਉਹਨਾਂ ਮਹਿਕਮੇ ਦੇ ਸਾਰੇ ਕੰਮ ਦਾ ਬਾਈਕਾਟ ਕੀਤਾ ਹੋਇਆ ਅਤੇ ਪੰਜਾਬ ਸਰਕਾਰ ਦੇ ਵਤੀਰੇ ਤੋਂ ਤੰਗ ਆ ਕੇ ਸਿਹਤ ਮਹਿਕਮੇ ਦੀਆਂ ਫੀਮੇਲ ਵਰਕਰਾਂ ਸੜਕਾਂ 'ਤੇ ਉਤਰਨ ਨੂੰ ਮਜਬੂਰ ਹਨ। ਅੱਗੇ ਉਹਨੇ ਇਹ ਵੀ ਦੱਸਿਆ ਕਿ ਜਦੋਂ ਦੀ ਪਿਛਲੇ 3 ਸਾਲਾਂ ਤੋਂ ਕਾਂਗਰਸ ਸਰਕਾਰ ਬਣੀ ਹੈ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ। ਉਹਨਾਂ ਉਲਟਾ ਕਿਹਾ ਕਿ ਉੱਚ ਅਧਿਕਾਰੀ, ਸਿਹਤ ਮੰਤਰੀ, ਕੈਪਟਨ ਸਾਹਿਬ ਅਤੇ ਸਰਕਾਰ ਤੋਂ ਬਣੀ ਸਬ ਕਮੇਟੀ ਆਦਿ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ। ਬਿਰੋ ਫਿਰ ਅਚਾਨਕ ਨਿਊਜ਼ ਜਲੰਧਰ। ਮੈਂ ਸਰਬਜੀਤ ਕੌਰ, ਪੰਜਾਬ ਦੀ ਜਨਰਲ ਸੈਕਟਰੀ ਹਾਂ। ਸਾਡੇ ਜਿਹੜੇ ਅੱਜ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਕੰਮ ਬੰਦ ਕੀਤਾ ਹੋਇਆ ਸੀ ਤੇ ਪੂਰੇ ਪੰਜਾਬ ਦੇ ਵਿੱਚ ਸਾਡੇ ਧਰਨੇ, ਮੁਜ਼ਾਹਰੇ, ਰੈਲੀਆਂ ਚੱਲ ਰਹੇ ਆ। ਅਸੀਂ ਕੰਟਰੈਕਟ ਦੇ ਪਿਛਲੇ ਲਗਭਗ 12-13 ਸਾਲ ਤੋਂ, 2006 ਤੋਂ ਸਾਡੀ ਭਰਤੀ ਜਿਹੜੀ ਲਗਾਤਾਰ ਹਰ ਸਾਲ ਦੇ ਵਿੱਚ ਸਾਡੀ 2-2, 4-4 ਸੌ ਕਰਕੇ ਭਰਤੀ ਹੋ ਰਹੀ ਸੀਗੀ, ਅਜੇ ਤੱਕ ਵੀ ਹੋ ਰਹੀ ਆ। ਪਰ ਸਾਡੀ ਜਿੰਨੀ ਵੀ ਭਰਤੀ ਹੋ ਰਹੀ ਉਹ ਠੇਕੇ 'ਤੇ ਹੀ ਕਰ ਰਹੇ ਆ। ਪਹਿਲਾਂ ਕੈਪਟਨ ਸਰਕਾਰ ਕਹਿੰਦੀ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ, ਉਹ ਆਪਣੇ ਵਾਅਦੇ ਕਰਕੇ ਤਾਂ ਮੁੱਕਰ ਗਏ ਆ। ਜਦੋਂ ਦੀ ਕੈਪਟਨ ਸਰਕਾਰ ਆਈ ਆ ਤਾਂ ਉਦੋਂ ਤੋਂ 3 ਸਾਲ, ਲਗਭਗ 3 ਸਾਲ ਹੋ ਗਏ ਆ ਅਤੇ ਅਸੀਂ ਲਗਭਗ 300 ਦੇ ਮੰਗ ਪੱਤਰ ਪਹੁੰਚਾ ਚੁੱਕੇ ਹਾਂ ਸਰਕਾਰ ਦੇ ਕੋਲ। ਅਤੇ ਸਾਡੇ ਨਾਲ ਇੱਕ ਵਾਰੀ ਵੀ ਇਹਨਾਂ ਨੇ ਪੈਨਲ ਮੀਟਿੰਗ ਨਹੀਂ ਕੀਤੀ, ਨਾ ਇਹਨਾਂ ਦੇ ਉੱਚ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ, ਨਾ ਹੀ ਕੋਈ ਸਾਡੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਰਿਹਾ। ਅਸੀਂ ਨਿਗੂਣੀਆਂ ਤਨਖਾਹਾਂ ਦੇ ਉੱਤੇ, ਪਿੰਡਾਂ ਦੇ ਵਿੱਚ ਸਲੰਮ ਏਰੀਆ, ਝੁੱਗੀਆਂ, ਝੌਂਪੜੀਆਂ ਦੇ ਵਿੱਚ ਅਸੀਂ ਟੀਕਾਕਰਨ ਵੀ ਕਰਨ ਜਾਂਦੇ ਹਾਂ, ਅਸੀਂ ਪਲਸ ਪੋਲੀਓ ਵੀ ਕਰਦੇ ਹਾਂ, ਲੋਕਾਂ ਨੂੰ ਸਿਹਤ ਸਹੂਲਤਾਂ ਵੀ ਦਿੰਦੇ ਹਾਂ। ਗਰਭਵਤੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਰਜਿਸਟ੍ਰੇਸ਼ਨ, ਟੀਕਾਕਰਨ, ਉਹਨਾਂ ਦੀਆਂ ਸਾਰੀਆਂ ਸਿਹਤ ਸਹੂਲਤਾਂ, ਸਾਰਾ ਕੁਛ ਅਸੀਂ ਕਰਦੇ ਹਾਂ। ਡੈਥ ਬਰਥ ਦਾ ਕੰਮ ਵੀ ਅਸੀਂ ਕਰਦੇ ਹਾਂ। ਕੰਮ ਦਿਨ ਬ ਦਿਨ ਜਿਹੜੇ ਵੱਧ ਰਹੇ ਆ, ਹੁਣ ਸਾਨੂੰ ਇਹਨਾਂ ਨੇ ਟੈਬ ਦੇ ਉੱਤੇ ਔਨਲਾਈਨ ਕੰਮ ਕਰਨ ਵਾਸਤੇ ਦੇ ਦਿੱਤਾ ਗਿਆ ਆ। ਸਾਡੀ ਇਹੀ ਮੰਗ ਹੈਗੀ ਕਿ ਜਿੰਨੀਆਂ ਸਾਡੀਆਂ ਵੈਕੈਂਸੀਆਂ ਖਾਲੀ ਆ ਹੈਲਥ ਡਿਪਾਰਟਮੈਂਟ ਦੇ ਵਿੱਚ, ਜਿੰਨੀਆਂ ਅਸੀਂ ਕੰਟਰੈਕਟ ਤੇ ਕੰਮ ਕਰ ਰਹੇ ਹਾਂ, 3000 ਦੇ ਲਗਭਗ ਅਸੀਂ ਕੰਟਰੈਕਟ ਤੇ ਕੰਮ ਕਰਦੀਆਂ ਪਈਆਂ ਤੇ 2000 ਜਿਹੜੀ ਵੈਕੈਂਸੀ ਖਾਲੀ ਪਈ ਆ ਉਹ ਸਰਕਾਰ ਕਹਿ ਰਹੀ ਆ ਕਿ ਅਸੀਂ ਬਾਹਰੋਂ ਭਰਾਂਗੇ। ਪਰ ਇਸ ਚੀਜ਼ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਜੇਕਰ ਸਾਨੂੰ ਛੱਡ ਕੇ, ਸਾਨੂੰ ਪਹਿਲ ਨਾ ਦਿੱਤੀ, ਸਾਨੂੰ ਐਡਜਸਟ ਨਾ ਕੀਤਾ ਤੇ ਸਾਡਾ ਇਹ ਜਿਹੜਾ ਧਰਨਾ ਲਗਾਤਾਰ ਹੀ ਚੱਲੂਗਾ ਤੇ ਹੋ ਸਕਦਾ ਕਿ ਹੁਣ ਤਾਂ ਅਸੀਂ ਬਿਲਕੁਲ ਕੰਮ ਬੰਦ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਕੰਮ ਬੰਦ ਆ, ਟੀਕਾਕਰਨ ਬੰਦ ਆ, ਫਿਰ ਗਰਭਵਤੀਆਂ ਦੀ ਰਜਿਸਟ੍ਰੇਸ਼ਨ